ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਯੋਗੇਸ਼ ਤੇ ਮੈਂ ਆਪਣੀ ਬ੍ਰਾਂਚਸ ਨੂੰ ਰਨ ਕਰਦਾ ਐਜੂਕੇਸ਼ਨ ਤੇ ਮੇਰਾ ਸੁਪਨਾ ਸੀ ਪਹਿਲਾਂ ਤੋਂ ਹੀ ਕਿ ਮੈਂ ਬਾਹਰ ਜਾਣਾ ਚਾਹੁੰਦਾ ਕੈਨੇਡਾ ਦੇ ਵਿੱਚ ਤੇ ਕਾਫੀ ਰਿਮਰ ਸੀ ਕਿ ਕੀ ਕੀਤਾ ਜਾਵੇ ਤੇ ਇੱਕ ਜ਼ਰੂਰੀ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਤੁਹਾਨੂੰ ਇੰਗਲਿਸ਼ ਦਾ ਟੈਸਟ ਦੇਣਾ ਪੈਂਦਾ ਜਿਹੜਾ ਕਿ ਕਾਫੀ ਟਾਈਪ ਦੇ ਟੈਸਟ ਸੀ ਬਟ ਮੈਨੂੰ ਪਤਾ ਲੱਗਾ ਤੇ ਮੈਂ ਕਾਫੀ ਸਰਚ ਵਰਕ ਕੀਤੀ ਕਿ ਆਇਲਸ ਹੀ ਇੱਕ ਇੱਦਾਂ ਦਾ ਟੈਸਟ ਹੈ ਜਿਹਦੇ ਨਾਲ ਅਸੀਂ ਕਿਸੇ ਵੀ ਕੰਟਰੀ ਦੇ ਵਿੱਚ PR ਲੈਣ ਲਈ ਬਹੁਤ ਸੌਖੀ ਰਹਿੰਦੀ ਮੈਂ ਆਇਲਸ ਕੀਤੀ ਤੇ ਆਇਲਸ ਦੇ ਲਈ ਪਹਿਲਾਂ ਥੋੜੀਆਂ ਪ੍ਰੋਬਲਮਸ ਆਈਆਂ ਬਟ ਆਇਲਸ ਨੂੰ ਕਨਸੈਪਟਸ ਦੇ ਤਰੀਕੇ ਨਾਲ ਕੀਤਾ ਤੇ ਮੇਰੇ ਅੱਜ 7.5 ਬੈਂਡਸ ਨੇ ਤੇ ਮੈਂ ਆਪਣੀ ਫਾਈਲ ਲਗਾਈ ਹੋਈ ਆ PR ਦੇ ਲਈ ਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਨਾ ਚਾਹੁੰਦਾ ਕਿ ਆਇਲਸ ਹੀ ਇੱਦਾਂ ਦਾ ਇੱਕ ਟੈਸਟ ਹੈ ਜਿਹਦਾ ਬਹੁਤ ਆਸਾਨੀ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਤੇ ਆਇਲਸ ਦੇ ਨਾਲ ਤੁਸੀਂ ਸਟੱਡੀ ਵੀਜ਼ਾ PR ਦੇ ਲਈ ਐਂਡ ਵਰਕ ਪਰਮਿਟ ਲਈ ਈਜ਼ੀਲੀ ਕਿਸੇ ਵੀ ਤਰੀਕੇ ਕਿਸੇ ਵੀ ਕੰਟਰੀ ਦੇ ਵਿੱਚ ਜਾ ਸਕਦੇ ਹੋ ਮਾਰਕੀਟ 'ਚ ਕਾਫੀ ਤਰੀਕੇ ਦੇ ਟੈਸਟ ਸੀ ਬਟ ਮੈਂ ਕਾਫੀ ਸਰਚ ਵਰਕ ਕੀਤੀ ਤੇ ਕਾਫੀ ਦੋਸਤਾਂ ਤੋਂ ਪੁੱਛਿਆ ਤੇ ਮੈਨੂੰ ਇੱਕੋ ਹੀ ਨਾਮ ਮਿਲਿਆ ਜਿਹੜਾ ਸੀ ਆਇਲਸ ਆਇਲਸ ਹੀ ਇੱਕ ਇੱਦਾਂ ਦਾ ਟੈਸਟ ਸੀ ਜਿਹਦੇ ਮੈਨੂੰ ਟਰੱਸਟ ਹੋਇਆ ਤੇ ਕਾਫੀ ਪੁਰਾਣਾ ਟੈਸਟ ਹੈ ਤੋ ਮੈਂ ਆਇਲਸ ਹੀ ਕੀਤੀ ਤੇ ਹੁਣ ਮੈਨੂੰ ਇੱਦਾਂ ਲੱਗ ਰਿਹਾ ਕਿ ਇਹੀ ਕਹਿਣਾ ਚਾਹੀਦਾ ਕਿ ਕੈਨੇਡਾ ਮਤਲਬ ਆਇਲਸ